ਗਿੱਦੜਵਾਹਾ ਹਲਕੇ ਦੇ ਪਿੰਡ ਭੂੰਦੜ ਵਿਖੇ ਥਾਣਾ ਘੋਟ ਭਾਈ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਇੱਕ ਘਰ ਦੇ ਵਿੱਚ 146 ਪੇਟੀਆਂ ਮੋਟਾ ਸੰਤਰਾ ਸ਼ਰਾਬ ਬਰਾਮਦ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘੋਟ ਭਾਈ ਦੇ ਥਾਣਾ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਭੂੰਦੜ ਦੇ ਇੱਕ ਘਰ ਦੇ ਵਿੱਚ ਦੇਸੀ ਸ਼ਰਾਬ ਪਈ ਆ। ਇਹ ਘਰ ਪਿੰਡ ਦੇ ਕਾਂਗਰਸੀ ਵਰਕਰ ਸਾਹਿਬ ਸਿੰਘ ਦਾ ਦੱਸਿਆ ਜਾ ਰਿਹਾ, ਜਿਸ 'ਤੇ ਕਾਰਵਾਈ ਕਰਦੇ ਹੋਏ ਥਾਣਾ ਕੋਟ ਭਾਈ ਪੁਲਿਸ ਨੇ ASI ਕਰਮਜੀਤ ਸਿੰਘ ਦੀ ਅਗਵਾਈ ਦੇ ਵਿੱਚ ਛਾਪੇਮਾਰੀ ਕਰਕੇ 146 ਪੇਟੀਆਂ ਦੇਸੀ ਸ਼ਰਾਬ ਬਰਾਮਦ ਕੀਤੀ ਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ। ਅੱਜ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਭੂੰਦੜ ਪਿੰਡ ਦੇ ਵਿੱਚ ਕਿਸੇ ਨੇ ਘਰ ਦੇ ਵਿੱਚ ਦਾਰੂ ਡੰਪ ਕਰਕੇ ਰੱਖੀ ਹੋਈ ਹੈ ਦੇਸੀ, ਜਿਸ 'ਤੇ ਅਸੀਂ ਉੱਥੇ ਜਾ ਕੇ ਰੇਡ ਕਰਕੇ ਉੱਥੋਂ 146 ਪੇਟੀਆਂ ਦੇਸੀ ਦਾਰੂ ਬਰਾਮਦ ਕੀਤੀ ਹੈ। ਅਤੇ ਮੌਕੇ ਤੋਂ ਕੋਈ ਫੜਿਆ ਨਹੀਂ ਗਿਆ, ਸਾਰੇ ਅੱਗੇ ਪਿੱਛੇ ਹੋ ਗਏ ਸਨ, ਭੱਜ ਗਏ ਉੱਥੋਂ ਮੌਕੇ ਤੋਂ। ਬਾਕੀ ਸਾਡੀ ਇੱਕ ਪਾਰਟੀ ਉਹਨਾਂ ਦੇ ਪਿੱਛੇ ਗਈ ਹੋਈ ਹੈ ਅਤੇ ਛੇਤੀ ਇੱਕ ਅੱਧਾ ਅਸੀਂ ਬੰਦੇ ਫੜ ਲਵਾਂਗੇ। ਪਾਰਟੀ ਨਾਲ ਸੰਬੰਧਿਤ ਸੀ ਬੰਦੇ ਜੀ ਪਤਾ ਲੱਗਿਆ? ਨਹੀਂ ਜੀ, ਇੰਨਾ ਹੀ ਅਜੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਇਸ ਬਾਰੇ। ਘਰ ਹੈਗਾ ਜੀ, ਇੱਕ ਮਕਾਨ ਸੀ। ਹਾਂਜੀ, ਕਿਸ ਦੇ ਘਰੋਂ ਬਰਾਮਦ ਹੋਈ? ਇਹ ਕੋਈ ਬੋਰਡ ਆਪਣੇ ਸਾਹਿਬ ਸਿੰਘ ਨਾਂ ਦਾ ਵਿਅਕਤੀ ਹੈ ਜੀ ਕੋਈ। ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ, ਜਗਤ ਸੇਵਕ, ਵੈਬ TV।